ਅੰਗੂਰ ਚੰਗਾ ਲੱਗਾ ਜੀ ਬਹੁਤ ਸੋਹਣਾ ਇਹ ਕਟਿਆ ਗਿਆ ਵਿੱਚੋਂ ਬਹੁਤ ਅੱਛਾ ਹਾਂਜੀ ਇਹ ਬਹੁਤ ਫੁੱਲ ਹੋ ਜਾਂਦੇ ਆ ਇੱਕ ਇੱਕ ਤਕਰੀਬਨ ਬੂਟੇ ਨਾਲ 50-55 ਲੱਗ ਜਾਂਦੇ ਬੂਟੇ ਅੰਗੂਰ ਚਾਰ ਆ ਜੀ ਹੈਗਾ ਅੱਛਾ ਅੰਗੂਰ ਚਾਰ ਇਹ ਕੈਂਚੀ ਨਾਲ ਇਹਦੀ ਕਟਾਈ ਕਰ ਲੈਣੀ ਆ ਅੱਛਾ ਕੱਟ ਕੇ ਤੇ ਮੁਰਗੇ ਡੱਬੇ ਸਾਡੇ ਕੋਲ ਰੱਖੇ ਆ ਉਹਨਾਂ ਦੀ ਕੱਟ ਕੱਟ ਕੇ ਪਾਈ ਜਾਈਦੇ ਆ ਅੱਛਾ ਤੇ ਮੁੰਡੇ ਲੈ ਕੇ ਤੁਰੇ ਜਾਂਦੇ ਆ ਉਹ ਮੁਰਗੇ ਉੱਥੇ ਡੱਬੇ ਭਰੀ ਜਾਂਦਾ ਬੰਦਾ ਜੀ ਅਸਲਾਮੁ ਅਲੈਕਮ ਜੀ ਵਾਲੇਕਮ ਸਲਾਮ ਜੀ ਸਰ ਕੀ ਹਾਲ ਜੀ ਤੁਹਾਡਾ ਠੀਕ ਠਾਕ ਤੁਸੀਂ ਸੁਣਾਓ ਅੱਛਾ ਆਪਣਾ ਕੀ ਨਾਮ ਕੀ ਸਰ ਅਲਿਆਸ ਮੁਹੰਮਦ ਅਲਿਆਸ ਕਿਹੜੇ ਪਿੰਡ ਦੇ ਜੀ ਅਮਾਮਪੁਰਾ ਨਕੋਦਰ ਨਕੋਦਰ ਅੱਛਾ ਤੁਹਾਡੇ ਵੱਡੇ ਸ਼ੁਰੂ ਇੱਧਰੋਂ ਤੱਕ ਇੰਡੀਆ 'ਚ ਆਏ ਸੀ ਨਹੀਂ ਇੱਧਰ ਹੀ ਆ ਇੱਧਰ ਦਾ ਹੀ ਠੀਕ ਠੀਕ ਅੱਛਾ ਇਹ ਅੰਗੂਰਾਂ ਦੇ ਬਾਗ 'ਚ ਅਸੀਂ ਆਏ ਹਾਂ ਅਤੇ ਇਹ ਦੱਸੋ ਕਿਹੜੀ ਨਸਲ ਦਾ ਅੰਗੂਰ ਹੈ ਇਹ ਰੂਬੀ ਕਿੰਗ ਆ ਜੀ ਰੂਬੀ ਕਿੰਗ ਹਾਂਜੀ ਸੁੰਦਰ ਖਾਨੀ ਵਗੈਰਾ ਉਹ ਸੁੰਦਰ ਖਾਨੀ ਸਾਡੇ ਨਹੀਂ ਹੁੰਦੀ ਤਕਰੀਬਨ 25 ਦਿਨ ਹੋ ਗਿਆ ਤੇ ਕੋਈ 10 ਦਿਨ ਹੋਰ ਲੱਗ ਜਾਣੇ ਸਪਰੇ ਕਾਫੀ ਸਪਰੇਵਾਂ ਹੁੰਦੀਆਂ ਜੀ ਖਾਦਾਂ ਵੀ ਪਾਈ ਦੀਆਂ ਸਪਰੇਵਾਂ ਵੀ ਕਰੀ ਦੀਆਂ ਵਾ ਇੱਕ ਵਿਘਾ ਜਾਂ ਇੱਕ ਏਕੜ ਲਾਇਆ ਹੋਵੇ ਹਾਂਜੀ ਨਹਿਰੀ ਨਾ ਕਰਦਾ ਵਾ ਕਿਸੇ ਸ਼ਹਿਰ ਨੂੰ ਨੀ ਕਰਦਾ ਵੈਸੇ ਆਪਣੇ ਆਪ ਬਹੁਤ ਆਏ ਇਹ ਜਿਹੜਾ ਅੰਗੂਰ ਆ ਨਾ ਲੱਗਦਾ ਬਹੁਤ ਜੁੜ ਜਾਂਦੇ ਆਪ ਨੂੰ ਪਾਣੀ ਨਿਕਲਦਾ ਨਾ ਤੇ ਫਿਰ ਜੁੜ ਕੇ ਕਰਦਾ ਵਾ ਵੱਡੇ ਸ਼ਹਿਰਾਂ ਵੀ ਆਉਂਦਾ ਵੱਡਾ ਸ਼ਹਿਰ ਹੀ ਆਪਣਾ ਹਾਂਜੀ ਫੈਸਲਾਬਾਦ ਵੀ ਭੇਜ ਦੀਦਾ ਜਿੱਥੇ ਵੀ ਦਿਲ ਕਰੇ ਭੇਜ ਦੀਦਾ ਪੱਤੇ ਸਾਰੇ ਕਿਰਦਣੇ ਇਹ ਬਾਲਣ ਹੀ ਬਣ ਜਾਣਾ ਸਮਝ ਲਓ ਸਰਦੀ ਚ ਫਿਰ ਅਸੀਂ ਜਾ ਕੇ ਦੂਸਰੇ ਮਹੀਨੇ ਦੀ 15 ਤਰੀਕ ਨੂੰ ਕਟਾਈ ਕਰ ਦੇਈਏ ਜੀ ਸਾਰੇ ਤਕਰੀਬਨ 6 ਸਾਲ ਹੋ ਗਏ ਅੱਛਾ ਤੁਸੀਂ ਮਸ਼ਵਰਾ ਦਿਓਗੇ ਜਿਹੜੇ ਕਿਸਾਨ ਵੀਰ ਪੰਜਾਬ ਦੇ ਉਹ ਵੀ ਕਾਸ਼ਤਕਾਰੀ ਕਰਨ ਉਹਨਾਂ ਨੂੰ ਫਾਇਦਾ ਹੋਏਗਾ ਹਾਂਜੀ ਫਾਇਦਾ ਹੀ ਫਾਇਦਾ ਜੀ ਨੁਕਸਾਨ ਇਹਦਾ ਕੋਈ ਨਹੀਂ ਇਹ ਐਡਾ ਚੰਗਾ ਅੰਗੂਰ ਹੈ ਤੇ ਇਹ ਜਿਹੜਾ ਦੂਸਰਾ ਇਹ ਖਤਮ ਨਹੀਂ ਹੁੰਦਾ ਖੇਤੀ ਇਹਦੀ ਉਮਰ ਬਹੁਤ ਲੰਬੀ ਆ ਅੱਛਾ ਹਾਂਜੀ
ਸਾਰਿਆਂ ਬੂਟਿਆਂ ਪੌਦਿਆਂ ਨੂੰ ਸਾਰਿਆਂ ਨੂੰ ਜ਼ਿਆਦਾ ਲੰਮੀ ਉਮਰ ਇਹਦੀ ਆ ਅੰਗੂਰ ਦੀ। ਹਾਂਜੀ ਇਹ ਅੰਗੂਰ ਉਹੀ ਜਿਹੜਾ ਅਸੀਂ ਘਰਾਂ 'ਚ ਲਾਈਦਾ ਵਾ ਕਿ ਹੋਰ ਨਸਲ ਦਾ? ਨਹੀਂ ਉਹ ਘਰਾਂ 'ਚ ਵੀ ਲੱਗ ਜਾਂਦਾ ਹੈ। ਹਾਂਜੀ ਘਰਾਂ 'ਚ ਵੀ ਲਾਓ, ਜਿੱਥੇ ਮਰਜ਼ੀ ਲਾਓ ਹੋ ਜਾਂਦਾ ਹੈ। ਹਾਂਜੀ ਮਿਹਨਤ ਗੋਡੀ ਵੀ ਕਰੀ ਦੀ ਆ, ਰੂੜੀ ਵੀ ਪਾਈ ਦੀ ਆ, ਖਾਦ ਵੀ ਪਾਈ ਦੀ ਆ, ਸਪਰੇਵਾਂ ਵੀ ਕਰੀ ਦੀਆਂ ਵਾ, ਉਹ ਕਰੀ ਦੀਆਂ ਉਦੋਂ ਜਦੋਂ ਫਲ ਚੱਕ ਲੈਂਦਾ ਵਾ। ਅਤੇ ਇਹ ਹੁਣ ਇਹ ਫਲ ਟੁੱਟ ਜਾਣਾ, ਇਹਨੇ ਸਫਾਈ ਕਰਨੀ ਅਸੀਂ, ਮੁੜ ਕੇ ਰੂੜੀ ਛੂੜੀ ਪਾਉਣੀ ਆ, ਫਿਰ ਖਾਦ ਪਾਉਣੀ ਆ, ਫਿਰ ਪਾਣੀ ਲੱਗਦੇ ਰਹਿਣੇ ਇਹਨੂੰ। ਸਰਦੀਆਂ 'ਚ ਜਾ ਕੇ ਮੁੜ ਕੇ ਇਹਨੇ ਪੱਤੇ ਪੁੱਤੇ ਸਾਰੇ ਛੱਡ ਦੇਣੇ। ਫਿਰ ਅਸੀਂ ਇੱਥੋਂ ਰੱਖ ਕੇ ਨਾ ਇਹ ਸਿਰਫ ਇਹਦੀਆਂ ਦੋ ਅੱਖਾਂ ਛੱਡੀਆਂ ਪਿੱਛੇ, ਆ ਸਾਰੀਆਂ ਟਾਹਣੀਆਂ ਟੂਹਣੀਆਂ ਸਾਰੀਆਂ ਕੱਢ ਦੇਣੀਆਂ, ਰੋਡੇ ਕਰ ਦੇਣੇ ਆ। ਬਿਲਕੁਲ ਰੋਡੇ ਕਰ ਦੇਣੇ ਆ, ਜਿੱਦਾਂ ਬੰਦਾ ਟਿੰਡ ਨਹੀਂ ਕਰ ਦਿੰਦਾ। ਕਟਾਈ ਵਗੈਰਾ ਵੀ ਕਰਦੇ ਨਾਲ? ਹਾਂਜੀ ਕਟਾਈ ਵੀ ਕਰੀ ਦੀ ਆ, ਸਾਰਾ ਕੰਮ ਕਰੀ ਦਾ। ਦੇ ਨਾਲ ਲੇਬਰ ਰੱਖੀ ਹੋਣੀ ਆ? ਹਾਂਜੀ ਲੇਬਰ, ਸਾਰਾ ਲੇਬਰ ਨੇ ਕੰਮ ਕਰਨਾ। ਪੈਕਿੰਗ ਵੀ ਕਰਦੀ ਆ, ਆ ਦੇਖਾ ਬੰਦੇ ਆਪਣੇ ਕਰਦੇ ਸਾਰੇ। ਇੱਕ ਹੋਰ ਚੀਜ਼ ਆ ਮੈਂ ਆਪਣੇ ਨਾਜ਼ਰੀ ਨੂੰ ਦੱਸਦਾ ਚਲਾਂ। ਹਾਂਜੀ ਜਦੋਂ ਤੁਸੀਂ ਇਹੋ ਜਿਹੀ ਕਾਸ਼ਤ ਕਰੋਗੇ ਅੰਗੂਰ ਦੀ, ਕੋਈ ਡਿਫਰੈਂਟ ਜਿਹੀ, ਹਾਂਜੀ ਉਹਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ? ਹਾਂਜੀ ਮਿਲਦਾ, ਬਿਲਕੁਲ ਜੀ ਮਿਲਦਾ ਵਾ, ਕਾਫੀ ਬੰਦਿਆਂ ਨੂੰ ਮਿਲਦਾ ਵਾ, ਦਿਹਾੜੀ ਲੱਭਦੀ ਆ। ਹਾਂਜੀ ਦਿਹਾੜੀ ਲੱਭਦੀ ਆ, ਜਿਵੇਂ ਤੁਸੀਂ ਤੜਾਈ ਕਰਨ ਵਾਲੇ ਵੱਖਰੇ ਪੈਸੇ, ਹਾਂਜੀ ਹਾਂਜੀ ਪੈਕਿੰਗ ਕਰਨ ਵਾਲੇ ਵੱਖਰੇ ਪੈਸੇ, ਤੇ ਮੰਡੀ ਜਾਣਾ ਉਦੋਂ ਵੱਖਰੇ, ਰਕਸ਼ੇ ਵਾਲੇ ਨੇ ਲੈ ਜਾਣਾ ਉਹਦੇ ਵੱਖਰੇ ਪੈਸੇ, ਵੇਚਣ ਵਾਲੇ ਨੇ, ਕਈ ਬੰਦੇ ਕਮਾਈ ਕਰਦੇ ਇਹਦੇ ਵਿੱਚੋਂ ਜੀ, ਥੋੜੇ ਬੰਦੇ ਨਹੀਂ, ਬਹੁਤ ਬੰਦੇ ਕਮਾਈ ਕਰਦੇ। ਬਾਕੀ ਫਸਲ ਉਹ ਬੀਜੋ ਜਿਹਦੇ ਵਿੱਚ ਫਾਇਦਾ ਹੋਵੇ, ਸਹੀ ਗੱਲ ਹੈ। ਹਾਂਜੀ ਅੱਛਾ ਕਿੰਨੀ ਦੇਰ ਤੋਂ ਤੁਸੀਂ ਇਸ ਕੰਮ ਨਾਲ ਜੁੜੇ ਆ? ਸਾਨੂੰ 6 ਸਾਲ ਹੋ ਗਏ। ਹਾਂਜੀ ਕਟਾਈ ਕਰ ਲੈਣੀ ਆ, ਕੱਟ ਕੇ ਤੇ ਮੁਰਗੇ ਡੱਬੇ ਸਾਡੇ ਕੋਲ ਰੱਖੇ ਆ, ਉਹਨਾਂ ਦੀ ਕੱਟ ਕੇ ਪਾਈ ਜਾਈਦੇ ਆ, ਤੇ ਮੁੰਡੇ ਲੈ ਕੇ ਤੁਰੇ ਜਾਂਦੇ ਆ, ਮੁਰਗੇ ਉੱਥੇ ਡੱਬੇ ਭਰੀ ਜਾਂਦਾ ਬੰਦਾ। ਚੰਗਾ ਬਹੁਤ ਸੋਹਣਾ, ਇਹ ਕੱਟਿਆ ਗਿਆ ਵਿੱਚੋਂ ਬਹੁਤ। ਅੱਛਾ ਹਾਂਜੀ ਇਹ ਬਹੁਤ ਫੁੱਲ ਹੋ ਜਾਂਦੇ ਆ, ਇੱਕ ਤਕਰੀਬਨ ਬੂਟੇ ਨਾਲ 50-55 ਲੱਗ ਜਾਂਦੇ ਗੁੱਛੇ। ਅੱਛਾ ਇੱਕ ਬੂਟੇ ਨਾਲ ਇਹ ਲੱਗਦਾ ਵਾ ਜਿੱਦਾਂ ਸਾਰਾ ਇੱਕ ਹੀ ਆ, ਲੇਕਿਨ ਬੂਟੇ ਲੱਗੇ ਆ। ਹਾਂਜੀ ਜਿਵੇਂ ਇੱਕ ਬੂਟਾ ਵਾ, ਹਾਂਜੀ ਇੱਕ ਉਹ ਵਾ, ਹਾਂਜੀ ਅੰਗੂਰ ਇਹਨਾਂ ਜਿਹੜਾ ਕਾਲਾ ਹੋ ਜਾਂਦਾ, ਹਾਂਜੀ ਜਿੱਦਾਂ ਲਾਲ, ਹਾਂਜੀ ਲਾਲ, ਇਹ ਪੱਗ ਹੋਇਆ, ਇਹ ਪੱਗ ਹੈ, ਖਾਣ ਵਾਲੇ ਹੋ ਗਏ ਹੁਣ। ਹਾਂ ਮਿੱਠੇ ਵੀ ਆ, ਸਹੀ ਆ। ਅੰਗੂਰ ਹੁਣ ਤਿਆਰ ਹੈਗਾ? ਹਾਂਜੀ ਇਹ ਅੰਗੂਰ ਤਿਆਰ ਆ ਜੀ। ਹਾਂਜੀ ਇਹ ਖਾ ਕੇ ਵੇਖਦੇ ਆ ਜੀ, ਖਾ ਕੇ 2-4-10 ਦੇਖੋ। ਕਟਣ ਨਹੀਂ ਜਾਂਦਾ, ਬੜਾ ਜ਼ਬਰਦਸਤ ਤੇ ਮਿੱਠਾ ਅੰਗੂਰ ਬਜ਼ੁਰਗੋ। ਦੋਸਤੋ ਅਸੀਂ ਮੌਜੂਦ ਸੀ ਆਪਣਾ ਅੰਗੂਰਾਂ ਦੀ ਖੇਤ ਦੇ ਵਿੱਚ, ਸਾਡੇ ਨਾਲ ਆਪਣੇ ਦੋਸਤ ਨੇ ਲਿਆਸ ਸਾਹਿਬ, ਅਤੇ ਅਸੀਂ ਤੁਹਾਨੂੰ ਦਿਖਾਇਆ ਕਿ ਪੰਜਾਬ ਦੇ ਵਿੱਚ ਅੰਗੂਰ ਵੀ ਕਾਸ਼ਤ ਹੁੰਦਾ ਵਾ, ਅਤੇ ਅੰਗੂਰ ਦੀ ਕਾਸ਼ਤ ਕਿਵੇਂ ਹੁੰਦੀ ਆ, ਉਹਦੇ 'ਤੇ ਕਿੰਨੀ ਮਿਹਨਤ ਹੁੰਦੀ ਆ, ਅਤੇ ਉਹ ਸਾਰਾ ਕੁਝ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਦੱਸਿਆ। ਜੇ ਕੋਈ ਪੰਜਾਬੀ ਵੀਰ ਅੰਗੂਰ ਦੀ ਕਾਸ਼ਤ ਕਰਨਾ ਚਾਹੁੰਦਾ ਵਾ ਤਾਂ ਜ਼ਰੂਰ ਕਰੇ, ਇਹਦੇ 'ਚ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਅਤੇ ਅੰਗੂਰ ਦੀ ਕਾਸ਼ਤ ਪੈਸੇ ਵੀ ਹੈਗੇ ਆ। ਅਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ, ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਊਗਾ। ਫਿਰ ਮਿਲਾਂਗੇ ਇੱਕ ਨਵੀਂ ਕਹਾਣੀ, ਇੱਕ ਨਵੀਂ ਵੀਡੀਓ ਦੇ ਨਾਲ। ਦੁਆਵਾਂ 'ਚ ਯਾਦ ਰੱਖਿਓ, ਜਿਉਂਦੇ ਵਾਸਤੇ ਰਹੋ ਜੀ, ਰੱਬ ਰੱਖ।